पंजाब दी पंथक सियासत दे नाल जुड़ी सब तो वड्डी खबर यह है कि गुरु की नगरी अमृतसर दे तेजा सिंह समुंदरी हॉल विखे सदे गए खास इजलास दे विच श्रोमणी गुरद्वारा प्रबंधक कमेटी दे सारे मैंबर ने सर्वसम्मति ते एक सुरता दे नाल पंजाब सरकार वालों विधानसभा च पास किए गुरद्वारा सोध बिल नूं रद्द कर दिता है। सचखंड श्री हरिमंदर साहिब तो हुंदे गुरबाणी प्रसारण दे मुद्दे ते SGPC प्रधान दे वल्लों सद्दे हंगामी जनरल इजलास दे विच श्रोमणी कमेटी दे प्रधान एडवोकेट हरजिंदर सिंह धामी ने खुद मता पड़िया, जिस नूं हाल दे विच मौजूद सारे मैंबरां ने एक सुर जयकारियां दी गूंज नाल प्रवानगी दित्ती। इस मते राहीं पंजाब सरकार दी कारवाई नूं सिख धार्मिक मसलियां दे विच दखल अंदाजी करार दित्ता गया ते इस दा सख्त विरोध कीता गया। सरकार नूं चेतावनी दित्ती गई है कि उह पास कीते बिल नूं वापस लवे, नहीं तां SGPC वल्लों अकाल तख्त साहिब दी अगवाई दे विच मोर्चा शुरू ਕੀਤਾ ਜਾਵੇਗਾ। SGPC ਦੇ ਖਾਸ ਇਜਲਾਸ ਦੇ ਵਿੱਚ ਇੱਕ ਹੋਰ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪਿਛਲੇ ਦਿਨੀ ਵਿਧਾਨ ਸਭਾ ਦੇ ਖਾਸ ਇਜਲਾਸ ਦੇ ਵਿੱਚ ਕੇਸਾਂ ਤੇ ਦਾੜੀ ਬਾਰੇ ਬੇਅਦਬੀ ਭਰੇ ਸ਼ਬਦ ਵਰਤਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਗਤ ਸਾਹਿਬਾਨਾ ਦੇ ਨਾਮ ਬੇਅਦਬੀ ਨਾਲ ਲੈਣ ਵਾਸਤੇ ਪ੍ਰਿੰਸੀਪਲ ਬੁੱਧਰਾਮ MLA ਮਾਫੀ ਮੰਗਣ। ਇਹ ਵਿਸ਼ੇਸ਼ ਇਜਲਾਸ 20 ਜੂਨ 2023 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਇਹ ਵਿਸ਼ੇਸ਼ ਇਜਲਾਸ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਮਿਤੀ 20/6/23 ਦੇ ਇਜਲਾਸ ਵਿੱਚ ਲਿਆਂਦੇ ਗਏ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਮੁਕੰਮਲ ਰੂਪ ਵਿੱਚ ਰੱਦ ਕਰਦਾ ਹੈ। ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਸ਼੍ਰੋਮਣੀ ਕਮੇਟੀ ਦੀਆਂ ਸਿਫਾਰਸ਼ਾਂ ਨਾਲ ਹੀ ਸੰਭਵ ਹੈ। ਪੰਜਾਬ ਸਰਕਾਰ ਨੂੰ ਸਖ਼ਤ ਤਾੜਨਾ ਕਰਦਾ ਹੈ ਕਿ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਤੁਰੰਤ ਵਾਪਸ ਲਵੇ। ਜੇਕਰ ਸਰਕਾਰ ਨੇ ਸਿੱਖ ਮਸਲਿਆਂ ਵਿੱਚ ਦਖਲ ਅੰਦਾਜ਼ੀ ਬੰਦ ਨਾ ਕੀਤੀ ਤਾਂ ਸਿੱਖ ਰਵਾਇਤਾਂ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਦੀ ਆਰੰਭਤਾ ਕੀਤੀ ਜਾਵੇਗੀ। ਕੇਸਾਂ ਦੀ ਤੋਹੀਨ ਕਰਨ, ਰਾਗੀ ਸਿੰਘਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਤੇ ਪਹੁੰਚਾਉਣ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਨਤਕ ਮਾਫੀ ਮੰਗੇ। ਸਤਿਕਾਰਤ ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਦਾ ਨਾਂ ਸਤਿਕਾਰਹੀਣ ਭਾਸ਼ਾ ਵਿੱਚ ਲੈਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਵੀ ਸਿੱਖ ਕੌਮ ਤੋਂ ਖਿਮਾ ਯਾਚਨਾ ਕਰਨ। SGPC ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਬਿੱਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪਾਸ ਕੀਤਾ ਗਿਆ ਹੈ। SGPC ਦੀ ਅੰਤਰਿੰਗ ਕਮੇਟੀ ਵੀ ਪੰਜਾਬ ਸਰਕਾਰ ਦੇ ਇਸ ਬਿੱਲ ਨੂੰ ਰੱਦ ਕਰ ਚੁੱਕੀ ਹੈ। ਇਸ ਤੋਂ ਪਹਿਲਾਂ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮਾਸਟਰ ਤਾਰਾ ਸਿੰਘ ਤੇ ਜਵਾਹਰ ਲਾਲ ਨਹਿਰੂ ਵਿਚਾਲੇ ਸਮਝੌਤੇ ਤਹਿਤ ਸ਼੍ਰੋਮਣੀ ਕਮੇਟੀ ਜਨਰਲ ਹਾਊਸ ਦੇ 2/3 ਬਹੁਮਤ ਦੇ ਨਾਲ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਕੋਈ ਵੀ ਸੋਧ ਕੀਤੀ ਜਾ ਸਕਦੀ ਹੈ, ਸਰਕਾਰ ਸੋਧ ਨਹੀਂ ਕਰ ਸਕਦੀ। ਇਸ ਤੋਂ ਪਹਿਲਾਂ ਹੋਈਆਂ ਸੋਧਾਂ ਵੀ ਕਹਿੰਦੇ ਇਸੇ ਤਰ੍ਹਾਂ ਜਨਰਲ ਹਾਊਸ ਵੱਲੋਂ 2/3 ਬਹੁਮਤ ਦੇ ਨਾਲ ਕੀਤੀਆਂ ਸਿਫਾਰਸ਼ਾਂ ਤਹਿਤ ਹੋਈਆਂ ਨੇ। ਪ੍ਰਧਾਨ ਨੇ ਹਵਾਲਾ ਦਿੱਤਾ ਕਿ SGPC ਦੀ ਸਥਾਪਨਾ ਤੋਂ ਬਾਅਦ ਅੰਗਰੇਜ਼ ਸਰਕਾਰ ਦੇ ਵੱਲੋਂ SGPC ਦੇ ਮੈਂਬਰ ਨਾਮਜ਼ਦ ਕੀਤੇ ਗਏ ਸਨ, ਪਰ ਸਿੱਖ ਪੰਥ ਵੱਲੋਂ ਸਰਕਾਰ ਦੀ ਸਥਾਪਿਤ ਕਮੇਟੀ ਨੂੰ ਰੱਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਿੱਖ ਧਾਰਮਿਕ ਮਾਮਲਿਆਂ ਦੇ ਵਿੱਚ ਸਰਕਾਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਸਿੱਖ ਪਰੰਪਰਾਵਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਜਨਰਲ ਇਜਲਾਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਹਾਜ਼ਰ ਸਨ। ਇਜਲਾਸ ਦੇ ਵਿੱਚ ਵੱਖ-ਵੱਖ ਧਿਰਾਂ ਤੇ ਧੜਿਆਂ ਦੇ ਸਾਰੇ SGPC ਮੈਂਬਰ ਪਹੁੰਚੇ ਹੋਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਸੱਦੇ ਗਏ ਸਪੈਸ਼ਲ ਸੈਸ਼ਨ ਦੇ ਵਿੱਚ ਜਦੋਂ ਪ੍ਰਧਾਨ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਮਤਾ ਪੇਸ਼ ਕੀਤਾ ਤਾਂ ਉਹਨਾਂ ਦਾ ਨਾਮ ਭਗਵੰਤ ਸਿੰਘ ਮਾਨ ਪੜਿਆ। ਇਸ ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਤੇ SGPC ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਤਰਾਜ਼ ਜਤਾਇਆ ਕਿ ਜਦੋਂ ਭਗਵੰਤ ਮਾਨ ਆਪਣੇ ਨਾਮ ਨਾਲ ਸਿੰਘ ਸ਼ਬਦ ਨਹੀਂ ਲਾਉਂਦੇ ਤਾਂ ਫਿਰ ਮਤੇ ਵਿੱਚ ਵੀ ਸਿੰਘ ਸ਼ਬਦ ਉਹਨਾਂ ਦੇ ਨਾਮ ਨਾਲ ਨਾ ਜੋੜਿਆ ਜਾਵੇ। ਇਸ ਤੇ ਐਡਵੋਕੇਟ ਧਾਮੀ ਨੇ ਤੁਰੰਤ ਸੋਧ ਨੂੰ ਸਵੀਕਾਰ ਕਰਦਿਆਂ ਸਿੰਘ ਸ਼ਬਦ ਨੂੰ ਕੱਟ ਕੇ ਭਗਵੰਤ ਮਾਨ ਹੀ ਪੜਿਆ। ਸੋ ਮੈਂ ਆ ਥੋੜ੍ਹੇ ਜਿਹੇ ਜਿਹੜੇ ਜਿੰਨੇ ਕੁ ਮੈਨੂੰ ਲੱਗੇ, ਇੱਕ ਮੈਂ ਹੋਰ ਵੀ ਗੱਲ ਕਹਿਣੀ ਚਾਹੁੰਦਾ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਸ਼ਾਇਦ ਪੁਰਾਤਨ ਜਿਹੜੀਆਂ ਪਿਰਤਾਂ ਭੁੱਲ ਗਿਆ ਤੇ ਮੈਂ ਕੱਲ੍ਹ ਇੱਕ ਮੀਟਿੰਗ ਦੇ ਵਿੱਚ ਸੀ ਤੇ ਰਾਤੀ, ਕਿਉਂਕਿ ਮੈਨੂੰ ਤਾਂ ਟਵੀਟ ਜਿਹਾ ਕਰਨੇ ਨਹੀਂ ਆਉਂਦੇ ਨਾ ਮੈਨੂੰ ਫੇਸਬੁੱਕ ਆਉਂਦੀ ਆ, ਤੇ ਉਹਦੇ ਵਿੱਚ ਕਿਹਾ ਕਿ ਜੀ ਇਹ ਗਾਈਡਲਾਈਨ ਲੈ ਕੇ ਆਇਆ ਮਾਨ ਸਾਹਿਬ। ਮੈਂ ਧਾਮੀ ਹਰਜਿੰਦਰ ਸਿੰਘ, ਮੈਨੂੰ 68 ਸਾਲ ਦਾ ਹੋ ਗਿਆ, 41 ਸਾਲ ਦੀ ਵਕਾਲਤ, ਮੈਨੂੰ ਡਿਕਟੇਟ ਕਰਕੇ ਕੰਮ ਨਹੀਂ ਚੱਲਦਾ। ਤੈਨੂੰ ਤਾਂ ਦਿੱਲੀ ਤੋਂ ਲਾਈਨ ਆਉਂਦੀ ਆ, ਤੂੰ ਤਾਂ ਦਿੱਲੀ ਤੋਂ ਲੈ ਕੇ ਬਾਬੂ ਕੇਜਰੀਵਾਲ ਤੋਂ ਲੈ ਕੇ ਲਾਈਨ ਇੱਥੇ ਬੋਲਦਾ, ਆ ਐਵੇਂ ਨਹੀਂ ਹੋ ਰਿਹਾ। ਇਹ ਉਹਦੀ ਚਾਲ ਆ ਬਾਬੂ ਕੇਜਰੀਵਾਲ ਦੀ ਕਿ ਪੰਜਾਬ ਦੇ ਵਿੱਚ ਰਾਜ ਸੱਤਾ ਦੇ ਨਾਲ ਹੁਣ ਧਾਰਮਿਕ ਹੱਤਾਂ ਨੂੰ ਵੀ ਸਤਿਆਲਾ, ਇਹ ਹਥਿਆਉਣ ਦੀ ਤਾਕਤ ਆ, ਸਿੱਖਾਂ ਨੇ ਕਦੇ ਬਰਦਾਸ਼ਤ ਨਹੀਂ ਕੀਤੀ। ਇਜਲਾਸ ਦੌਰਾਨ
मौजूदा प्रधान एडवोकेट हरजिंदर सिंह धामी और साबका प्रधान बीबी जगीर कौर दे विच तिखी बहस भी हुई। धामी ने बीबी जगीर कौर नूं दो मते पेश करन तों रोकिया। दरअसल बीबी जगीर कौर ने पहला मता तां पंजाब सरकार दे मते नूं रद्द करन दा पेश कीता, जिहदे विच बीबी जगीर कौर ने बोलिया कि पंजाब सरकार दे इस मते बारे एसजीपीसी दे मैंबरां ने चुप क्यों धार रखी है। उन्हां कहा कि लिफाफा कल्चर ने सिख मर्यादा नूं सट मारी है, इक परिवार दे हितां लई पंथक सोच दे सिधांत नूं तलांजली दित्ती गई है। एसजीपीसी विच सरकारी दखल किसी भी रूप बर्दाश्त नहीं है ते असीं गुरु नानक दी सोच तों मुख मोड़िया है। काफी चिर हुई बहस तो बाद बीबी जगीर कौर नूं अगली गल करन नहीं दित्ती गई, उन्हां दा माइक बंद कर दित्ता गया। अज 26 जून 2023 है। इन्हां 48 सालां विच्चों श्रोमणी अकाली दल विच कीहड़ियां वड्डियां तब्दीलियां आ गईआं कि पंजाब सरकार वल्लों गुरद्वारे दे प्रबंधां ते कीते हमले बारे माफ करना, श्रोमणी अकाली दल दी समुची लीडरशिप एक दूजे नूं एक दो नूं छड्ड के ने चुप धारी हुई है कि यह मसला सिर्फ PTC का एक अधिकार खत्म करने का नहीं है। यह मसला केवल PTC का एक अधिकार खत्म करने का नहीं है, सगों एक परिवार के हितों लई पंथक सोच के सिद्धांत को तिलांजलि देने वालों का है। एसजीपीसी की अंतरिम कमेटी के मैंबर गुरप्रीत सिंह रंधावा जिहड़े कि विरोधी धड़े के मैंबर ने, उन्होंने इस मौके एसजीपीसी दे वक्खरे चैनल की हिमायत करदे कहा कि हरेक चैनल का अपना अपना वक्खरा चैनल है ते सिखां कोल तां इन्नी शक्ति हैगी है कि एसजीपीसी 10-10 चैनल चला सकती है, बस सिखां नूं इक आवाज़ मारन की लोड़ है। यानी कि गुरप्रीत सिंह रंधावा ने एसजीपीसी नूं गुरबाणी प्रसारण के लिए अपना वक्खरा चैनल चलाउण की मांग की। जदों असीं दूसरे धर्मां बाबल देखदे हां, हिंदू धर्म के कोल अपना चैनल है, होर धर्मां दे कोल अपना चैनल आ, ते सिखां दी एड्डी वड्डी शक्ति, ते तुहानूं मैनू नहीं लगता पहला तो कि लोड़ पवे, तो जे पै भी जाए तो एक बारी तुसीं एक बारी आवाज़ सिखां नूं मारो। एक चैनल का की सिख तो 10-10 इतों चला सकते हैं, इन्नी समर्था सिख कौम रखती आ। इजलास विच सारियां धिरां दे विचार सुनने तो बाद एडवोकेट धामी ने कहा कि असी सारे आए तो श्रोमणी अकाली दल दीआं टिकटां उत्ते ही हाँ, इस करके असी सारे अकाली दल का ही हिस्सा हाँ। सरकार वालों जहर च मिठा मिला के सानू मिठी गोली दिती जा रही है। उन्होंने दस्सिया कि PTC का 1 जुलाई नूं गुरबाणी प्रसारण नूं लैके इकरारनामा खत्म हो जाना है, जो कि बीबी जगीर कौर होरां दे समें शुरू होया सी, पर गल उही है कि बुराइयां मेरे हिस्से आईआं ने, क्योंकि मुद्दे सारे हुण उठ रहे ने जदों दी मैं सेवा सांभी है। आपां आए तां सारे श्रोमणी अकाली दल दीआं टिकटां ते आ ना जी, पड़ैण साहब भी बैठे आ साडे, अपने बाबा गुरप्रीत सिंह होणी, अमरीक सिंह साडा शाहपुर, मेरा ख्याल शायद ही तो आजाद लड़े हुए थे उदों, मैनू हुण पता नहीं। सो आपां सारे श्रोमणी अकाली दल दा हिस्सा आ। ये मिठी गोली जहर दी विच मिठा पा के दित्ती जा रही, जेले अंदर जानी आ फिर पता लगना पे इहदा पेट च की नुक्स पैना। अज तां सानू चंगा लगता ना बे PTC दे मसले दे उत्ते कह के उहनू आपां इक मुद्दा बना के सुट दिता। मैं भली पां तुहाडे उहनां मुद्दिआं तों वी वाकफ आ, मैं तुहाडा ही आ विच्चों, कि असी एक कमेटी जिहड़ी सब कमेटी बनाई आ, कोई 21 जुलाई नूं PTC दा जिहड़ा आ ਉਹ ਇਕਰਾਰਨਾਮਾ ਮੁੱਕ ਜਾਣਾ, ਤੇ ਸਾਨੂੰ ਪਤਾ ਸਾਰਿਆਂ ਨੂੰ ਵੀ ਸ਼ੁਰੂ ਕਦੋਂ ਹੋਇਆ ਸੀ, ਬੀਬੀ ਜੀ ਵਿੱਚ ਬੈਠੇ ਆ ਇਹਨਾਂ ਦੇ ਵੇਲੇ ਸ਼ੁਰੂ ਹੋਇਆ ਸੀ। ਫਿਰ ਉਹ ਹੌਲੀ ਹੌਲੀ ਚੱਲਦਾ ਚੱਲਦਾ ਮੇਰੇ ਹਿੱਸੇ ਤਾਂ ਕਈ ਬਰਿਆਈਆਂ ਹੀ ਆ ਗਈਆਂ ਨਾ, ਭਈ ਕਿਉਂਕਿ ਮੁੱਦੇ ਹੀ ਹੁਣ ਉੱਠੇ ਜਦੋਂ ਦੀ ਸੇਵਾਦਾਰੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਸੋ ਇਹ ਤਾਂ ਸੀ ਇਜਲਾਸ ਦੇ ਵਿੱਚ ਕੀ ਕੁਛ ਹੋਇਆ। ਇਜਲਾਸ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਗੱਲਬਾਤ ਦਾ ਨਿਚੋੜ ਦੱਸਿਆ। प्रधान धामी ने ऐलान किया कि जे पंजाब सरकार ने अपना मता वापस ना लिया तो हरेक हल्के के SGPC मैंबर ते उस हल्के का इंचार्ज रोजाना श्री अकाल तख्त साहब विखे आउणगे ते उत्थे अरदास करके पुरातन मर्यादा मुताबिक एक स्थान नियुक्त किया जाएगा। उत्थे जाके सारा दिन धरना दिया करनगे ते अगले दिन दूसरे इलाके तो दूसरा जथा आया करेगा। सारे दे सारे 117 हल्के रोज़ अपनी वारी सिर प्रदर्शन करनगे, यानी कि 117 दिन तो प्रदर्शन होवेगा ही होवेगा। धामी ने कहा कि SGPC सिखां दी मिनी पार्लीमेंट है, इसके अपने कानून ने सोध करने का अधिकार SGPC नूं है। जे कहिंदे सरकार शर्म महसूस करती है तो सरकार नूं तुरंत अपना मता वापस लेना चाहिए, नहीं तो फिर दौड़ लगनी ही लगनी है। इस मौके धामी ने एक दिन पहला मुख्यमंत्री भगवंत मान दे वल्लों SGPC प्रधान की अकाली दल दे नाल जिहड़ी चंडीगढ़ च मीटिंग हुई है उस बारे जिहड़ा ट्वीट किया सी उस दा भी जवाब दिता। कहिंदे कल तां असीं सिर्फ सधारण चाह दा कापी सांझा कीता सी, इन्हां ने ट्वीट कर दिता कि चिट्ठी लैके आ गया, असीं कहिंदे मते खुद लिखदे आ, तुहानूं तां दिल्ली तों चिट्ठियां आउंदियां ने। हर एक हलके दा जिहड़ा मैंबर SGPC आ ते उस हलके दा हलका इंचार्ज उह श्री अकाल तख्त साहिब ते इक हलका आया करूगा रोज़, उह इत्थे अमृत वेले अरदास करके
पुरातन मर्यादा अनुसार फिर वो एक स्थान असीं नियुक्त करांगे, उस स्थान से सारा दिन धरना दिया करूगा, दूए दिन दूआ आया करूगा। मान लो 117 हल्के बारो बारी एक बारी 117वें दिन बाद बारी आनी आ, सारे दे सारे 117 वो 120 हल्के श्रोमणी कमेटी दे आ, एवें ही हरियाणे वाले आ, वह सारे फिर अकाल तख्त तो इतों पुरातन तौर पर मर्यादा अनुसार फिर इतों अरदास करके जिहड़ी पहली साडे इदां रही आ जथियां दी तोरन दी ते जाण दी ਉਹ ਫਿਰ ਮਰਿਆਦਾ ਇੱਥੋਂ ਸ਼ੁਰੂ ਕਰਾਂਗੇ। ਤੇ ਸੋਮਵਾਰ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਇਜਲਾਸ ਚੱਲ ਰਿਹਾ ਸੀ, ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਅਤੇ ਫੈਸਲਾ ਪੰਜਾਬੀਆਂ ਦੇ ਹੱਥ ਛੱਡ ਦਿੱਤਾ। ਟਵੀਟ ਕਰਕੇ ਕਿਹਾ ਕਿ ਪੰਜਾਬੀਓ ਹੁਣ ਫੈਸਲਾ ਤੁਸੀਂ ਹੀ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਘਰ ਦੀ ਮੀਟਿੰਗ ਅਕਾਲੀ ਦਲ ਦੇ ਦਫ਼ਤਰ 'ਚ, ਇਹਦਾ ਕੀ ਮਤਲਬ ਹੈ? ਵਿਚਾਰ ਜ਼ਰੂਰ ਦਿਓ, ਇਹ ਸੰਗਤ ਦੇ ਫਤਵੇ ਤੋਂ ਭੱਜ ਨਹੀਂ ਸਕਦੇ। ਮੈਂ ਇਹ ਫੈਸਲਾ ਤੁਹਾਡੇ 'ਤੇ ਛੱਡਦਾ, ਇਹਨਾਂ ਦੇ ਚਿਹਰੇ ਬੇਨਕਾਬ ਕਰੀਏ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਹਰਜਿੰਦਰ ਸਿੰਘ ਧਾਮੀ ਜੀ ਅੱਜ ਦੇ ਇਜਲਾਸ ਵਿੱਚ ਪਵਿੱਤਰ ਗੁਰਬਾਣੀ ਦੇ ਸਭ ਨੂੰ ਮੁਫ਼ਤ ਪ੍ਰਸਾਰਣ ਬਾਰੇ ਕੋਈ ਵਿਚਾਰ ਵਟਾਂਦਰਾ ਹੋਇਆ ਜਾਂ ਫਿਰ ਮੈਨੂੰ ਗਾਲਾਂ ਕੱਢਣ ਦਾ ਮਤਾ ਪਾਸ ਕਰਕੇ ਤੁਸੀਂ ਇਜਲਾਸ ਖਤਮ ਕਰ ਦਿੱਤਾ। ਧਾਮੀ ਸਾਹਿਬ, ਲੋਕ ਸਭ ਦੇਖ ਰਹੇ ਨੇ, ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ 'ਤੇ ਨਿਸ਼ਾਨਾ ਸਾਧਿਆ। ਦੂਸਰੇ ਪਾਸੇ ਮੁੱਖ ਮੰਤਰੀ ਦੇ ਵੱਲੋਂ ਕੀਤੇ ਟਵੀਟ ਦਾ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਜਵਾਬ ਦਿੱਤਾ। ਧਾਮੀ ਨੇ ਟਵੀਟ ਕਰਕੇ ਕਿਹਾ ਕਿ ਭਗਵੰਤ ਮਾਨ ਜੀ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਜੁਝਾਰੂ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ। ਤੁਸੀਂ ਇੰਨਾ ਡਰ ਗਏ ਹੋ ਕਿ ਤੁਹਾਨੂੰ ਪੰਜਾਬ ਦੇ ਵਿਕਾਸ ਦੀ ਥਾਂ ਪੰਥ ਦੇ ਸਿਪਾਹੀ ਦਾ ਫਿਕਰ ਬਹੁਤ ਜ਼ਿਆਦਾ। ਜਿਵੇਂ ਤੁਸੀਂ ਕਹਿੰਦੇ ਮੈਨੂੰ ਧੜਾਧੜ ਸਵਾਲ ਪੁੱਛਦੇ ਰਹਿੰਦੇ ਹੋ, ਪਰ ਮੈਂ ਤੁਹਾਨੂੰ ਸਵਾਲ ਨਹੀਂ ਪੁੱਛਾਂਗਾ ਕਿ ਤੁਸੀਂ ਪੰਜਾਬੀਆਂ ਦੇ ਪੈਸੇ 'ਤੇ ਉੱਡਦੇ ਹੈਲੀਕਾਪਟਰ 'ਤੇ ਦਿੱਲੀ ਨੂੰ ਇੰਨਾ ਕਿਉਂ ਜਾਂਦੇ ਹੋ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਜਨਰਲ ਇਜਲਾਸ ਦੇ ਵਿੱਚ, ਉਸ ਦਾ ਆਮ ਆਦਮੀ ਪਾਰਟੀ ਨੇ ਵੀ ਜਵਾਬ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ SGPC 'ਤੇ ਖੂਬ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ SGPC ਇੱਕ ਪਰਿਵਾਰ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਖਾਸ ਤੌਰ 'ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕਰਦਿਆਂ ਕੰਗ ਨੇ ਕਿਹਾ ਕਿ ਇੱਕ ਪਰਿਵਾਰ ਦੇ ਚੈਨਲ ਤੋਂ ਗੁਰਬਾਣੀ ਨੂੰ ਹਟਾਉਣ ਨਾਲ ਪੰਥ ਨੂੰ ਖਤਰਾ ਕਿਵੇਂ ਹੋ ਗਿਆ? ਕਹਿੰਦੇ SGPC ਦਾ ਹੁਣ ਸਿਰਫ ਇੱਕੋ ਕੰਮ ਰਹਿ ਗਿਆ ਕਿ ਉਹ ਇੱਕ ਪ੍ਰਾਈਵੇਟ ਚੈਨਲ ਨੂੰ ਬਚਾਵੇ। ਕੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਾਂ ਨੇ ਨਹੀਂ ਚੁਣੀ? ਜੋ 92 ਵਿਧਾਇਕ ਨੇ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ, ਕੀ ਉਹਨਾਂ ਨੂੰ ਸਿੱਖਾਂ ਨੇ ਵੋਟਾਂ ਨਹੀਂ ਪਾਈਆਂ? ਫਿਰ ਸਿੱਖਾਂ 'ਤੇ ਹਮਲਾ ਕਿਵੇਂ ਹੋ ਗਿਆ? ਕੀ SGPC ਪ੍ਰਧਾਨ ਨਹੀਂ ਚਾਹੁੰਦੇ ਕਿ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੁਨੀਆਂ ਦੇ ਹਰ ਹਿੱਸੇ ਵਿੱਚ ਜਾਵੇ? ਕੀ SGPC ਪ੍ਰਧਾਨ ਨਹੀਂ ਚਾਹੁੰਦੇ ਕਿ ਗੁਰਬਾਣੀ ਘਰ ਘਰ ਤੱਕ ਫ੍ਰੀ ਆਫ ਕਾਸਟ ਜਾਵੇ? ਕੀ ਉਹਨਾਂ ਨੂੰ ਇਸ ਗੱਲ 'ਤੇ ਇਤਰਾਜ਼ ਹੈ? ਤਿੱਖੇ ਸਵਾਲ ਕਰਦਿਆਂ ਕੰਗ ਨੇ ਕਿਹਾ ਕਿ SGPC ਕਹਿ ਰਹੀ ਹੈ ਸਿੱਖਾਂ 'ਤੇ ਹਮਲਾ ਹੋ ਰਿਹਾ, ਪਰ ਇਸ ਗੱਲ ਨੂੰ ਅਸੀਂ ਨਕਾਰਦੇ ਹਾਂ। ਇੱਕ ਹੋਰ ਸਵਾਲ ਪੁੱਛਿਆ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਸੀ, ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ, ਨੌਜਵਾਨ ਸ਼ਹੀਦ ਕੀਤੇ ਗਏ, ਉਸ ਦਿਨ SGPC ਨੇ ਖਾਸ ਇਜਲਾਸ ਬੁਲਾ ਕੇ ਮਤੇ ਪਾਸ ਕਿਉਂ ਨਹੀਂ ਕੀਤੇ? ਸਾਨੂੰ ਵੀ ਪਤਾ ਹੈ SGPC ਉਹਨਾਂ ਮਹਾਨ ਜਿਹੜੇ ਯੋਧੇ ਸੀ, ਸਾਡੇ ਸ਼ਹੀਦ ਸੀ, ਜਿਨ੍ਹਾਂ ਦੀਆਂ ਕੁਰਬਾਨੀਆਂ ਨਾਲ ਹੋਣ ਚਾਹੀ ਸੀ, ਇਹਦਾ ਇਤਿਹਾਸ ਵਡਮੁੱਲਾ ਹੈ। ਲੇਕਿਨ ਅੱਜ ਸਿਰਫ ਅਤੇ ਸਿਰਫ ਇੱਕ ਪਰਿਵਾਰ ਦੀ ਕਠਪੁਤਲੀ ਬਣ ਕੇ ਰਹਿ ਗਈ, ਔਰ ਉਸ ਪਰਿਵਾਰ ਦੇ ਚੈਨਲ ਨੂੰ ਬਚਾਉਣ ਲਈ ਜਿਹੜੀ ਆ SGPC ਆਪਣੇ ਆਪ ਨੂੰ ਦਾਅ 'ਤੇ ਲਾ ਰਹੀ ਆ। ਇਹ ਕਿੱਥੇ ਪੰਥ 'ਤੇ? ਇਹ ਪੰਥ 'ਤੇ ਹਮਲਾ ਨਹੀਂ ਹੈ, ਇਹ ਪੰਥ 'ਤੇ ਦੋਖੀ ਨਹੀਂ ਹੈ, ਸਿਰਫ ਅਤੇ ਸਿਰਫ ਗੁਰਬਾਣੀ 'ਤੇ ਆਪਣਾ ਕਬਜ਼ਾ ਸਮਝਣਾ, ਗੁਰਬਾਣੀ ਦੇ ਆਧਾਰ 'ਤੇ ਨਾ ਸਿਰਫ ਰਾਜਨੀਤੀ ਚਮਕਾਉਣੀ ਇੱਕ ਪਰਿਵਾਰ ਦੀ, ਬਲਕਿ ਕਰੋੜਾਂ ਕਰੋੜਾਂ ਰੁਪਏ ਦਾ ਆਰਥਿਕ ਤੌਰ 'ਤੇ ਫਾਇਦਾ ਲੈਣਾ, ਇਹ ਪੰਥ ਨਾਲ ਦਗਾ ਨਹੀਂ ਹੈ। ਇੱਕ ਪ੍ਰਾਈਵੇਟ ਚੈਨਲ ਦੀ ਮੋਨੋਪੋਲੀ ਜਾਂ ਕਬਜ਼ੇ ਨੂੰ ਖਤਮ ਕਰਨਾ ਕਿਸ ਤਰੀਕੇ ਨਾਲ ਪੰਥ 'ਤੇ ਹਮਲਾ ਹੋ ਗਿਆ ਕਿ SGPC ਦਾ ਹੁਣ ਇਹੀ ਕੰਮ ਰਹਿ ਗਿਆ? ਅਤੇ ਤੀਜੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਇਹ ਨਹੀਂ ਸਮਝਦੇ ਜਾਂ ਇਹ ਨਹੀਂ ਸੋਚਦੇ ਜਾਂ ਇਹ ਨਹੀਂ ਚਾਹੁੰਦੇ ਕਿ ਗੁਰਬਾਣੀ ਜਿਹੜੀ ਆ, ਦਰਬਾਰ ਸਾਹਿਬ ਤੋਂ ਪ੍ਰਚਾਰ ਪ੍ਰਸਾਰ ਹੋਣ ਵਾਲੀ ਗੁਰਬਾਣੀ ਦੁਨੀਆ ਦੇ ਹਰੇ ਕੋਨੇ ਕੋਨੇ 'ਚ ਘਰਾਂ ਘਰ ਘਰ ਤੱਕ ਫ੍ਰੀ ਆਫ ਕੋਸਟ ਜਾਵੇ? ਕਿ SGPC ਦੇ ਪ੍ਰਧਾਨ ਸਾਹਿਬ ਨੂੰ ਇਸ 'ਤੇ ਇਤਰਾਜ਼ ਹੈ? ਸੋ SGPC ਨੇ ਜਿਹੜਾ ਖਾਸ ਇਜਲਾਸ ਸੱਦਿਆ ਸੀ, ਉਸ ਦੇ ਵਿੱਚ ਉਹ ਫੈਸਲਾ ਨਹੀਂ ਲਿਆ ਗਿਆ ਜਿਸ ਦੀ ਸਿੱਖ ਸੰਗਤ ਨੂੰ ਉਡੀਕ ਸੀ। ਜ਼ਿਆਦਾਤਰ ਸਿੱਖ ਸੰਗਤ ਚਾਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਖੁਦ ਦਾ ਚੈਨਲ ਚਲਾਵੇ, ਸਖਤੀ ਦੇ ਨਾਲ ਇਹ ਫੈਸਲਾ ਲਵੇ, ਪਰ ਅਜਿਹਾ ਕੋਈ ਫੈਸਲਾ SGPC ਦੇ ਜਨਰਲ ਇਜਲਾਸ ਦੇ ਵਿੱਚ ਨਹੀਂ ਲਿਆ ਗਿਆ। ਹਾਲਾਂਕਿ ਕੁਝ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਬੰਧ ਹੇਠ ਆਪਣਾ ਖੁਦ ਦਾ ਚੈਨਲ ਚਲਾਵੇ, ਗੁਰਬਾਣੀ ਪ੍ਰਸਾਰਣ ਦਾ ਹੱਕ ਅੱਗੇ ਕਿਸ ਨੂੰ ਦੇਣਾ ਕਿਸ ਨੂੰ ਨਹੀਂ ਦੇਣਾ ਇਹ SGPC ਦੇ ਅਧਿਕਾਰ ਖੇਤਰ ਹੇਠਾਂ ਹੋਵੇ।